ਫਿਰ ਉਹ ਮੰਨਿਆ ਸਿਆਣਿਆਂ ਨੇ ਵੀ ਆਦਮੀ ਦੀ ਸਭ ਤੋਂ ਵੱਡੀ ਔਰ ਪਹਿਲੀ ਗਲਤੀ ਇਹ ਹੈ ਜਦ ਉਹਨੇ ਮੰਨ ਲਿਆ ਵੀ ਪ੍ਰੋਸਪੈਰਿਟੀ ਦੇ ਵਿੱਚ ਪਰਮ ਆਨੰਦ ਹੈ, ਪੀਸ ਆਫ ਮਾਈਂਡ ਹੈ। ਇਹ ਆਦਮੀ ਦੀ ਸੋਚ 'ਚ ਗਲਤੀ ਸੀ, ਉਸ ਗਲਤੀ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ ਅੱਜ। ਇਹ ਰਾਹ ਸ਼ਾਂਤੀ ਦਾ ਰਾਹ ਨਹੀਂ ਹੈ, ਅਮਨ ਸ਼ਾਂਤੀ ਦਾ ਰਾਹ ਨਹੀਂ ਹੈ। ਅਮਨ ਸ਼ਾਂਤੀ ਦਾ ਰਾਹ ਕੀ ਹੈ? ਪ੍ਰੇਮ ਦਾ ਰਾਹ ਹੈ, ਉਹ ਪ੍ਰੇਮ ਦਾ ਰਾਹ ਹੈ। ਇਹ ਰਾਹ ਤਾਂ ਲੜਾਈ ਝਗੜੇ ਪੈਦਾ, ਸਾਰੀ ਵਾਰਡ 'ਚ ਅੱਗ ਲੱਗੀ ਪਈ ਹੈ। ਕਾਹਤੇ ਲੱਗੀ ਹੈ? ਆਦਮੀ ਦੀ ਸੋਚ ਨਾਲ ਲੱਗੀ ਹੈ ਨਾ। ਇਹ ਰਾਹ ਪ੍ਰੇਮ ਦਾ ਨਹੀਂ ਹੈ, ਇਹ ਰਾਹ ਇੱਕ ਦੂਜੇ 'ਤੇ ਕਾਬੂ ਪਾਉਣ ਦਾ, ਇੱਕ ਦੂਜੇ ਉੱਤੇ ਰਾਜ ਕਰਨ ਦਾ। ਇਹ ਰਾਹ ਦੇ ਵਿੱਚ ਅਮਨ ਨਹੀਂ ਹੋ ਸਕਦਾ, ਸੰਸਾਰ 'ਚ ਅਮਨ ਨਹੀਂ ਹੋ ਸਕਦਾ, ਸੰਸਾਰ ਬਰਬਾਦ ਹੋ ਸਕਦਾ, ਤਬਾਹ ਹੋ ਸਕਦਾ। ਸਾਰਿਆਂ ਨੂੰ ਚਿੰਤਾ ਹੈ ਉਹ ਤਬਾਹੀ ਦੀ। ਹੁਣ ਇਹ ਰਸਤਾ ਹੀ ਗਲਤ ਸੀ, ਵਿਗਿਆਨ ਦਾ ਰਸਤਾ ਸੀ, ਇਹ ਵਿਗਿਆਨ ਦੇ ਰਸਤੇ 'ਚੋਂ ਇਹੀ ਮਿਲਣਾ ਸੀ। ਇਹ ਰਸਤਾ ਬ੍ਰਹਮ ਗਿਆਨ ਦਾ, ਆਤਮ ਗਿਆਨ ਦਾ। ਇਹ ਰਸਤਾ ਦੱਸਿਆ ਕਿ ਨਾ ਜਿਹਨੇ ਸੰਸਾਰ ਪੈਦਾ ਕੀਤਾ? ਇਹ ਰਸਤਾ ਆਦਮੀ ਦਾ ਨਹੀਂ ਦੱਸਿਆ ਹੋਇਆ। ਆਦਮੀ ਨੂੰ ਦੱਸਿਆ ਸੀ ਵੀ ਤੂੰ ਇਹ ਰਾਹ ਚੱਲ, ਤੂੰ ਇਹ ਰਾਹ ਚੱਲ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਹੁਣ ਇੱਥੇ ਤਾਂ ਮਨਿਸਟਰਾਂ ਦੀ ਸ਼ਰਨ ਲੈਂਦੇ ਅਸੀਂ ਜਾ ਕੇ ਸੁੱਖ ਵਾਸਤੇ, ਕੋਈ ਕਿਸੇ ਦੀ ਸ਼ਰਨ ਲੈਂਦਾ, ਕੋਈ ਕਿਸੇ ਦੀ ਲੈਂਦਾ, ਕੋਈ ਕਿਸੇ ਦੀ ਲੈਂਦਾ, ਕੋਈ ਕਿਸੇ। ਇਹ ਰਸਤਾ ਗੁਰਮਤਾ ਨਹੀਂ, ਰਿਜ਼ਲਟ ਸਾਹਮਣੇ, ਰਿਜ਼ਲਟ ਵੀ ਸਾਹਮਣੇ। ਦੋਵਾਂ ਵਿੱਚੋਂ ਕਿਹੜੇ ਰਸਤੇ ਜਾਣਾ? ਅੱਜ ਉਹ ਮਹਿਸੂਸ ਕੀਤਾ ਜਾਂਦਾ ਵੀ ਧਰਮ ਜਿਹੜਾ ਹੈਗਾ, ਕੋਈ ਐਸਾ ਧਰਮ ਹੈ ਸੰਸਾਰ 'ਚ ਜਿਹਦੇ ਪ੍ਰਚਾਰ ਨਾਲ, ਜਿਹਦੇ ਮੰਨਣ ਨਾਲ ਸ਼ਾਂਤੀ ਹੋ ਸਕਦੀ ਹੈ, ਸਾਰੇ ਸੁਖੀ ਹੋ ਸਕਦੇ ਨੇ। ਉਹਦੀ ਢੂੰਡ ਵੀ ਕਰ ਲਈ, ਤਕਰੀਬਨ ਕਰ ਲਈ ਵੀ ਗੁਰਮਤਿ ਹੀ ਹੈ, ਇਹ ਵੀ ਕਰ ਲਈ। ਪਰ ਇਹਨੂੰ ਅਰਥ ਆਵੇ ਕੌਣ? ਇਹਦੀ ਸਮਝ ਨਹੀਂ, ਇਹਦੇ ਆਪਣੇ ਆਪਣੇ ਅਰਥ ਕੱਢਦੇ ਨੇ, ਅਰਥ ਆਪਣੇ ਆਪਣੇ ਕੱਢਦੇ ਨੇ। ਜਿੱਦਣ ਅਰਥ ਸਮਝ 'ਚ ਆ ਗਏ ਸ਼ਾਇਦ ਇਸ ਰਾਹ ਤੁਰ ਪੈਣ। ਜਿਸ ਦਿਨ ਇਸ ਰਾਹ ਤੁਰ ਪਏ ਵੱਡੇ ਆਦਮੀ, ਜਿਹੜੇ ਆਗੂ ਜਿਨ੍ਹਾਂ ਦੇ ਹੱਥ 'ਚ ਵਰਲਡ ਦਾ ਹੈਂਡਲ ਹੈ, ਸਟੇਅਰਿੰਗ ਹੈ, ਉਦਣ ਗੁਰਮਤਿ ਉੱਪਰ ਆਜੂਗੀ ਆਪੇ ਹੀ। ਦਸਮ ਪਾਤਸ਼ਾਹ ਕਹਿੰਦੇ ਨੇ ਆਪ ਲੜੂ ਨਾ ਫੌਜ ਲੜਾਊ, ਮੈਂ ਗੁਰਮਤਿ ਨੂੰ ਉੱਤੇ ਲਿਆਉਣ ਵਾਸਤੇ ਨਾ ਲੜਨਾ, ਨਾ ਮੈਨੂੰ ਫੌਜ ਦੀ ਲੋੜ ਹੈ ਲੜਾਉਣ ਦੀ। ਇਹ ਲੜਕੇ ਨਹੀਂ ਉੱਤੇ ਆਉਂਦਾ ਹੁੰਦਾ, ਇਹ ਤਾਂ ਲੜਾਈ ਹਟਾਉਣ ਵਾਲੀ ਚੀਜ਼ ਹੈ। ਅਸੀਂ ਲੜਾਈ ਨਾਲ ਖਾਲਿਸਤਾਨ ਲਿਆਉਂਦੇ ਹਾਂ, ਲੜਾਈ ਨਾਲ ਨਹੀਂ ਆਉਂਦਾ ਹੁੰਦਾ ਕੁਛ, ਲੜਾਈ ਹਟਾ ਕੇ ਆਉਂਦਾ ਹੁੰਦਾ। ਇਹ ਮਤ ਲੜਾਈ ਹਟਾ ਕੇ ਉੱਤੇ ਆਊਗੀ, ਲੜਾਈ ਨਾਲ ਨਹੀਂ ਆਉਂਦੀ। ਹਥਿਆਰਾਂ ਦੀ ਲੋੜ ਨਹੀਂ ਹੈ ਇਹਦੇ 'ਚ ਬਿਲਕੁਲ ਵੀ। ਹਥਿਆਰਾਂ ਦੀ ਲੋੜ ਉਦੋਂ ਆ ਜਾਏ ਤਾਂ ਕੋਈ ਹਮਲਾ ਕਰੇ, ਜਦ ਇਹਨੂੰ ਕੋਈ ਖਤਮ ਕਰੇ ਨਾ, ਫਿਰ ਇਹਨੂੰ ਡਿਫੈਂਸ ਵਾਸਤੇ ਤਾਂ ਹਥਿਆਰਾਂ ਦੀ ਲੋੜ ਹੈ, ਇਸ ਮਤ ਨੂੰ ਫੈਲਾਉਣ ਵਾਸਤੇ ਹਥਿਆਰਾਂ ਦੀ ਕੋਈ ਲੋੜ ਨਹੀਂ। ਜਿਹੜੇ ਇਹ ਸਮਝਦੇ ਨੇ ਉਹ ਅਸਲ 'ਚ ਇਸ ਮਤ ਤੋਂ ਵਿਰੋਧੀ ਨੇ, ਅੰਦਰੋਂ ਉਹ ਆਪਣਾ ਰਾਹ ਚਾਹੁੰਦੇ ਨੇ ਇਹਦੀ ਆੜ 'ਚ, ਆਪਣੀ ਮਰਜ਼ੀ ਦਾ ਰਾਜ ਇਹਦੀ ਆੜ 'ਚ ਚਾਹੁੰਦੇ ਨੇ। ਉਹ ਇੰਨੇ ਲੋਕ ਬੁੱਧੂ ਨਹੀਂ ਹਨ, ਸਾਰੇ ਜਾਣਦੇ ਨੇ, ਸਿਆਣੇ ਉਹਨਾਂ ਨੂੰ ਬਹੁਤ ਸਿਆਣੇ ਨੇ ਲੋਕ। ਹੁਣ ਪਿੱਛੇ ਵੀ ਇਹੀ ਹੱਲਾ ਗੁੱਲਾ ਸੀ, ਪਿੱਛੇ ਬੋਲੇ ਨਹੀਂ ਸੀ, ਹੁਣ ਬੋਲਣ ਲੱਗ ਜਾਣਗੇ। ਪੁੱਛਦਾ ਕੋਈ ਨਹੀਂ ਉਹਨਾਂ ਨੂੰ, ਪੁੱਛਦਾ ਵੀ ਨਹੀਂ ਉਹਨਾਂ ਨੂੰ, ਕੋਈ ਮਗਰ ਵੀ ਨਹੀਂ ਹੈ ਉਹਨਾਂ ਦੇ ਕੋਈ, ਪਰ ਕਹਿੰਦਾ ਵੀ ਉਹਨਾਂ ਨੂੰ ਕੋਈ ਹੈ ਨਹੀਂ ਕੁਛ, ਚੁੱਪ ਨੇ ਕੀਤੇ ਹੋਏ, ਕਾਦ ਕੋਈ ਨਹੀਂ ਗਿਰਦਾ ਉਹਨਾਂ ਨੂੰ। ਅਮਨ ਪਸੰਦ ਜਿਹੜਾ ਹੈ ਆਦਮੀ, ਉਹੀ ਚੰਗਾ ਹੁੰਦਾ ਸੰਸਾਰ ਵਾਸਤੇ। ਜਿਹੜਾ ਅਮਨ ਪਸੰਦ ਨਹੀਂ ਹੈ, ਜਦੋਂ ਦਾ ਇਸਲਾਮ ਪੈਦਾ ਹੋਇਆ ਹਮਲਾਵਰ ਹੈ, ਜਦੋਂ ਦਾ, ਇਸ ਕਰਕੇ ਰਿਜੈਕਟ ਹੋ ਗਿਆ। ਰਿਜੈਕਟ ਕਿਉਂ ਹੋ ਗਿਆ? ਹਮਲਾਵਰ ਹੈ, ਜਾ ਕੇ ਦੂਜੇ ਦੇਸ਼ ਨੂੰ ਲੁੱਟ ਲੈਣਾ, ਜ਼ਬਰਦਸਤੀ ਇਸਲਾਮ ਚਲਾਉਣਾ, ਰਿਜੈਕਟ ਹੋ ਗਿਆ। ਇਹ ਤਰੀਕਾ ਨਹੀਂ ਹੈ, ਇਹ ਤਾਂ ਮਨ ਥੋੜ੍ਹੀ ਮੰਨ ਲੂਗਾ ਕਿਸੇ ਦਾ। ਕਿਸੇ ਦੇ ਮਨ ਨੂੰ ਤੁਸੀਂ ਜ਼ਬਰਦਸਤੀ ਨਹੀਂ ਬਣਾ ਸਕਦੇ, ਤੁਹਾਨੂੰ ਉਹ ਤਾਂ ਪਰਮੇਸ਼ਰ ਨਹੀਂ ਬਣਾ ਸਕਦਾ ਜ਼ਬਰਦਸਤੀ, ਧਰਮ ਨੂੰ ਕਿਸੇ ਨੂੰ ਵੀ।
ਤੁਸੀਂ ਉਹਨੂੰ ਮਾਰ ਸਕਦੇ ਹੋ, ਖਤਮ ਕਰ ਸਕਦੇ ਹੋ, ਜ਼ਬਰਦਸਤੀ ਕਿਸੇ ਧਰਮ ਨੂੰ ਫੈਲਾਇਆ ਨਹੀਂ ਜਾ ਸਕਦਾ। ਜ਼ਬਰਦਸਤੀ ਕਰਦੇ ਰਹੇ ਨੇ, ਧਰਮ ਕਰਦੇ ਰਹੇ ਨੇ, ਉਹ ਧਰਮ ਕਰਦੇ ਨੇ ਜਿਹੜੇ ਖੋਟੇ ਹੁੰਦੇ ਨੇ, ਆਪਣੀ ਹੋਂਦ ਬਚਾਉਣ ਵਾਸਤੇ ਵੀ ਧਰਮ ਕਰਦੇ ਨੇ ਜ਼ੁਲਮ। ਖੋਟੇ ਨੇ, ਖੋਟੇ ਆਦਮੀਆਂ ਦੇ ਹੱਥ 'ਚ ਹੁੰਦੇ ਨੇ, ਖੋਟੇ ਆਦਮੀਆਂ ਕੋਲ ਪਾਵਰ ਹੁੰਦੀ ਹੈ, ਉਹ ਆਪਣਾ ਖੋਟ ਆਪਣਾ ਜਿਹੜਾ ਉਹਨਾਂ ਦਾ ਹੈ ਨਾ ਰਾਜ ਇੱਕ ਕਿਸਮ ਦਾ, ਆਪਣੀ ਚੌਧਰ ਨੂੰ ਬਚਾਉਣ ਵਾਸਤੇ ਕਰਦੇ, ਅੰਨੇ ਹੋ ਕੇ ਜ਼ੁਲਮ ਕਰਨ ਲੱਗ ਜਾਂਦੇ। ਹਿੰਦੂ ਵੀ ਅੰਨਾ ਤਾਂ ਹੀ ਕਿਹਾ ਸੀ, ਅੰਨਾ ਹੋ ਕੇ ਜ਼ੁਲਮ ਕੀਤਾ ਹਿੰਦੂ ਨੇ, ਵੀ ਜਿਹੜੇ ਅਸੀਂ ਨੀਚ ਬਣਾਤੇ, ਐਲਾਨ ਕਰਤਾ ਵੀ ਸ਼ੂਦਰ ਨੇ, ਜੇ ਨਾਮ ਸੁਣ ਲੈਣ ਤਾਂ ਇਹਨਾਂ ਦੇ ਸਿੱਕਾ ਢਾਲ ਕੇ ਤਰਨਾ 'ਚ ਪਾ ਦਿਓ। ਇਹ ਗੱਲ ਜ਼ੁਲਮ ਹੈ, ਧਰਮ ਦਾ ਕੰਮ ਹੈ ਸਾਰਿਆਂ ਨੂੰ ਧਰਮ ਨਾਲ ਜੋੜਨ, ਸੱਚ ਨਾਲ ਜੋੜਨ, ਆਪਣੇ ਮੂਲ ਨਾਲ ਜੋੜਨ। ਜੇ ਅਸੀਂ ਕਹਿ ਦਈਏ ਵੀ ਅਸੀਂ ਇੱਕ ਖਾਸ ਤਬਕੇ ਨੂੰ ਧਰਮ ਦੀ ਗੱਲ ਸੁਣਨ ਨਹੀਂ ਦੇਣੀ, ਇਹ ਤਾਂ ਪਾਪ ਹੋਇਆ, ਧਰਮ ਤਾਂ ਹੋਇਆ ਨਾ ਫਿਰ, ਤਾਂ ਬਿਲਕੁਲ ਧਰਮ ਤੋਂ ਅੱਖਾਂ ਮੀਚ ਕੇ ਜ਼ੁਲਮ ਕਰ ਰਹੇ ਹੋ ਤੁਸੀਂ, ਧਰਮ ਦੀ ਮੂਲ ਭਾਵਨਾ ਤੋਂ ਖਿਲਾਫ਼ ਕੰਮ ਕਰ ਰਹੇ ਹੋ। ਇਸ ਕਰਕੇ ਇਹਨੂੰ ਇਹ ਜ਼ਰੂਰ ਨਾ ਕਹਿਤਾ।